ਸਵੇਰ ਹੋ ਗਈ ਹੈ, ਇੱਥੇ ਬਾਬਾ ਜੀ ਕੋਲ ਰੁਕੇ ਸੀ ਆਪਾਂ, ਅਤੇ ਹੁਣ ਆਰਤੀ ਦਾ ਸਮੇਂ ਹੋ ਗਿਆ ਅਤੇ ਆਪਾਂ ਵੀ ਸ਼ਾਮਿਲ ਹੋ ਜਾਈਏ, ਅਤੇ ਬਾਬਾ ਜੀ ਤਾਂ ਸ਼ੁਰੂ ਕਰਤੀ ਆਰਤੀ ਅਤੇ ਆਪਾਂ ਵੀ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਠੰਡ ਬਹੁਤ ਹੈ, ਨਹਾਉਣ ਦਾ ਤਾਂ ਮੁਸ਼ਕਿਲ ਹੈ ਕੰਮ, ਹੱਥ ਨੂੰ ਧੋ ਕੇ ਪੰਜ ਦਿਨਾਂ ਦਾ ਕਰਕੇ ਹੀ ਆਪਾਂ ਮੱਥਾ ਟੇਕਦੇ ਹਾਂ ਜੀ। ਤੁਹਾਨੂੰ ਵੀ ਦਿਖਾਉਂਦੇ ਹਾਂ ਕਿੱਦਾਂ ਬਹੁਤ ਸ਼ਾਂਤੀ ਭਰਿਆ ਮਾਹੌਲ ਹੈ ਇੱਥੇ। ਬਾਬਾ ਜੀ ਦੀ ਮਿਹਨਤ ਕੀਤੀ ਹੈ, ਜਦੋਂ ਬਾਬਾ ਜੀ ਨੇ ਇੱਥੇ ਭਗਤੀ ਕੀਤੀ ਹੈ, ਬਾਬਾ ਜੀ ਨੇ ਖੜ੍ਹ 'ਚ ਭਗਤੀ ਕੀਤੀ ਸੀ ਕਈ ਸਾਲ, ਅਤੇ ਹੁਣ ਇਹਨਾਂ ਦੇ ਗੱਦੀ 'ਤੇ ਨੇ ਜਿਹੜੇ, ਉਹਨਾਂ ਨੇ ਵੀ ਫਿਰ ਕਾਫੀ ਸਾਲ ਖੜ੍ਹ ਕੇ ਭਗਤੀ ਕੀਤੀ ਸੀ। ਗਊਆਂ ਦੀ ਸੇਵਾ ਕਰਦੇ ਨੇ ਇੱਥੇ, ਸਭ ਤੋਂ ਵੱਡੀ ਸੇਵਾ ਇਹਨਾਂ ਦੀ ਇਹ। ਬਹੁਤ ਬਹੁਤ ਸਾਰੀਆਂ ਬਾਹਰ ਵੀ ਗਏ ਨੇ ਜਿਹੜੀਆਂ, ਕੁਛ ਇੱਦਾਂ ਦਾ ਏਰੀਆ ਇੱਧਰ। ਬਈ ਇਹ ਨਹੀਂ ਹੁਣ ਅੱਜ ਜਾਣ ਦਿੰਦੇ ਮੈਨੂੰ ਇੱਥੋਂ, ਕਹਿੰਦੇ ਜਵੀ ਵੱਢ ਕੇ ਜਾ, ਹੁਣ ਜਵੀ ਵੱਢ ਕੇ ਹਟਿਆ ਟਰਾਲੀ ਭਰ ਕੇ। ਮੈਂ ਇੱਥੇ ਤਾਂ ਬਾਹਲੀ ਵੱਢਣੀ ਹੋਈ ਆ, ਸਾਰੇ ਆ ਬਾਬਾ ਜੀ ਨੇ ਵੱਢੀ ਆ, ਉਹ ਖੜ੍ਹੇ ਨੇ, ਉਹ ਬਾਬਾ ਜੀ ਨੇ ਵੱਢੀ ਆ, ਟਰਾਲੀ ਭਰਨਗੇ ਸਾਰੇ ਜਾਣੇ, ਅਤੇ ਮੈਂ ਫਿਰ ਟਰੈਕਟਰ 'ਤੇ ਉੱਧਰ ਛੱਡ ਕੇ ਆਊਂਗਾ ਇਹਨੂੰ। ਯਹਾਂ ਪੇ ਜਬ ਗੁਰੂ ਜੀ ਆਏ ਥੇ, ਅਕੇਲੇ ਹੀ ਆਏ ਥੇ ਜੰਗਲ ਮੇ, ਯਹਾਂ ਪੂਰਾ ਜੰਗਲ ਹੀ ਥਾ ਨਾ, ਕੁਛ ਵੀ ਨਹੀਂ ਹੈ। ਹਾਂ ਕੁਛ ਵੀ ਨਾ, ਅਬ ਮੈਂ ਪਹਿਲੇ ਕੱਲ ਆਇਆ ਨਾ ਉਧਰ ਸੇ, ਤੋ ਮੈਂ ਤਾਂ ਗੁੰਮ ਹੋ ਗਿਆ ਥਾ ਉਸ ਰਾਸਤੇ ਮੇ, ਮਿਲਤਾ ਹੀ ਨਹੀਂ ਰਸਤਾ, ਹੈ ਨਾ, ਰਸਤਾ ਮਿਲਦਾ ਹੀ ਨਹੀਂ, ਬੰਦਾ ਕਿੱਧਰ ਨੂੰ ਜਾਊ, ਖੋਜੂ ਅੰਦਰ, ਹੈ ਨਾ। 100 ਕਿਲੋਮੀਟਰ ਕੀ ਬਣੀ ਹੈ, 100 ਕਿਲੋਮੀਟਰ। ਹਾਂ ਕਿਤਨੇ ਸਾਲ ਤਪੱਸਿਆ ਕੀਤੀ ਗੁਰੂ ਜੀ ਨੇ? 21 ਗਊ ਮਾਤਾ ਕੇ ਲਈ, ਗਊ ਮਾਤਾ ਕੇ ਲਈ 21 ਸਾਲ ਤਪੱਸਿਆ ਕੀਤੀ ਗੁਰੂ ਜੀ ਨੇ। ਅਤੇ ਕਿਹੜੇ ਮਤਲਬ ਗੁਰੂ ਜੀ ਦੀ ਨਾਮ ਦੱਸਿਓ ਉਹਨਾਂ ਦਾ? ਸਿੱਧ ਬਾਬਾ ਗੰਗਾ ਨਾਥ ਜੀ, ਤਪਸਵੀ ਖੜੇ ਸੀ, ਖੜੇ ਵਾਲੀ ਉਹ ਅੰਦਰ, ਹੈ ਨਾ। ਉਹ ਤੁਸੀਂ ਮੈਂ ਵੀਡੀਓ 'ਚ ਜੋੜ ਦੇਣੀ ਆ, ਉਹ ਤੁਸੀਂ ਦੇਖ ਲਿਓ, ਅਤੇ ਦੇਖੋ ਕਿੰਨੇ ਸਾਲ, 2 ਸਾਲ ਹੋਏ ਆ। ਅੱਛਾ, 2 ਸਾਲ ਹੋ ਗਏ ਸਮਾਧੀ ਲਈ ਹੋਏ। ਚਲੋ ਠੀਕ ਹੈ ਜੀ, ਬਹੁਤ ਅੱਛਾ ਲੱਗਾ ਯਹਾਂ ਦਰਸ਼ਨ ਕਰਕੇ, ਅਤੇ ਫਿਲਹਾਲ ਮੈਨੂੰ ਸਾਰੇ ਟੈਂਚੇ ਮਿਲੇ ਨੇ ਬੰਦੇ, ਅਤੇ ਆਪਣਾ ਟੂਰ ਚੱਲ ਰਿਹਾ ਜੀ ਪੰਜਾਬ ਤੋਂ ਕਲਕੱਤੇ ਦਾ। ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਮੇਰੀ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਦੱਬ ਦਿਓ, ਤਾਂ ਜੋ ਤੁਹਾਨੂੰ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੂਗੀ। ਹਰਿਆਣਾ, ਰਾਜਸਥਾਨ ਤੋਂ ਹੁੰਦੇ ਹੋਏ ਯੂਪੀ ਤੋਂ ਬਾਅਦ ਉੱਤਰਾਖੰਡ, ਝਾਰਖੰਡ ਤੋਂ ਬਾਅਦ ਜਾਵਾਂਗੇ ਬੰਗਾਲ, ਕੋਲਕਾਤਾ। ਜਿਹੜੇ ਮੇਰੇ ਬਾਈ ਚੈਨਲ 'ਤੇ ਨਵੇਂ ਆਏ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਹੁੰਚ ਗਿਆ ਜੀ ਬੁਆਣਾ ਪਿੰਡ, ਬੁਆਣਾ ਸਿਟੀ ਦੀਆਂ ਗਲੀਆਂ ਦੇ ਵਿੱਚ,
ਤੇ ਅੱਗੇ ਇੱਥੇ ਬਾਬਾ ਜੀ ਹੈ ਜਿਨ੍ਹਾਂ ਦੀ ਕੁਟੀਆ ਇੱਥੇ, ਅਤੇ ਉਹ ਗਾਇਆਂ ਦੀ ਸੇਵਾ ਕਰਦੇ ਨੇ, ਅਤੇ ਚੱਲਦੇ ਹਾਂ ਆਪਾਂ ਉਹਨਾਂ ਦੀ ਕੁਟੀਆ ਦੇ ਵਿੱਚ। ਅਤੇ ਜੀ ਪੀ ਐੱਸ ਮੈਨੂੰ ਇੱਧਰਲੇ ਪਾਸੇ ਨੂੰ ਲੈ ਆਇਆ, ਅਤੇ ਮੈਂ ਉੱਥੇ ਫਰੂਟਾਂ ਵਾਲੀ ਦੁਕਾਨ 'ਤੇ ਰੁਕਿਆ ਸੀ, ਅਤੇ ਉਹ ਕਹਿੰਦੇ ਵੀ ਇੱਧਰ ਨੂੰ ਚੱਲ ਜਾ ਤੂੰ, ਇੱਧਰ ਨੂੰ ਤੈਨੂੰ ਨੇੜੇ ਪਊਗਾ। ਪਰ ਨੇੜੇ ਤਾਂ ਪਊਗਾ, ਇਹ ਤਾਂ ਸੁੰਨ ਮਸਾਨ ਰਾਹ ਹੈ, ਇੱਥੇ ਕੋਈ ਨਹੀਂ ਦਿਖ ਰਿਹਾ, ਆਲੇ ਦੁਆਲੇ ਪੂਰਾ ਜੰਗਲੀ ਜੰਗਲ ਹੈ। ਅਤੇ ਹੁਣ ਦੇਖਦੇ ਹਾਂ ਕਿਵੇਂ ਜੀ ਪੀ ਐੱਸ ਵੈਸੇ ਦਿਖਾ ਤਾਂ ਰਿਹਾ ਇੱਥੇ ਨੂੰ ਰਸਤਾ, ਪਰ ਘੁੰਮਣ ਘੇਰੀ ਜ਼ਿਆਦਾ, ਦੇਖਦੇ ਹਾਂ ਕਿੱਦਾਂ ਪਹੁੰਚਦੇ ਹਾਂ ਆਪਾਂ ਬਾਬਾ ਜੀ ਦੀ ਕੁਟੀਆ। ਸੀ ਇੱਕ, ਉਹ ਕਹਿੰਦਾ ਰਸਤਾ ਦੂਜੇ ਪਾਸੇ ਨੂੰ ਸੀ, ਤੂੰ ਇੱਧਰਲੇ ਪਾਸੇ ਗਲਤ ਆ ਗਿਆ, ਤੈਨੂੰ ਲੱਭਣਾ ਨਹੀਂ। ਪਰ ਮੈਂ ਕਿਹਾ ਵੀ ਦੇਖਦੇ ਹਾਂ, ਜੀ ਪੀ ਐੱਸ ਦਿਖਾ ਤਾਂ ਰਿਹਾ, ਦੇਖੋ ਹੱਡੀਆਂ ਕਿੱਦਾਂ ਪਈਆਂ ਨੇ, ਅਤੇ ਡਰ ਜਿਹਾ ਵੀ ਲੱਗਣ ਲੱਗ ਗਿਆ ਇੱਥੇ ਆ ਕੇ। ਪਰ ਬਾਬਾ ਜੀ ਦੀ ਕਿਰਪਾ ਨਾਲ ਪਹੁੰਚ ਜਾਂਗੇ ਆਪਾਂ ਮੈਨੂੰ ਲੱਗਦਾ, ਕਿਉਂਕਿ ਜੀ ਪੀ ਐੱਸ ਦਿਖਾ ਰਿਹਾ ਇੱਥੋਂ ਨੇੜੇ ਹੀ ਹੈ, ਅੱਧਾ ਕਿਲੋਮੀਟਰ ਆ ਇੱਧਰੋਂ। ਉੱਧਰੋਂ ਵੀ ਇੱਦਾਂ ਦਾ ਹੀ ਰਸਤਾ, ਪਰ ਉਹ ਕਹਿੰਦੇ ਵੀ ਇੱਧਰ ਨੂੰ ਤੈਨੂੰ ਪਤਾ ਨਹੀਂ ਲੱਗਣਾ ਹੈਗਾ, ਤੈਨੂੰ ਸਮਝ ਨਹੀਂ ਆਉਣੀ। ਪਰ ਮੈਂ ਸੋਚਿਆ ਵੀ ਦੇਖੀ ਜਾਊ ਹੁਣ ਕਿਵੇਂ ਹੁੰਦੀ ਹੈ ਗੱਲਬਾਤ। ਅਤੇ ਪਹੁੰਚਦੇ ਹਾਂ ਹੁਣ ਆਪਾਂ ਬਾਬਾ ਜੀ ਕੋਲ, ਅਤੇ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਆ ਰਹੇ ਹਾਂ। ਹੁਣ ਦੇਖੋ ਕਿਵੇਂ ਕਿੱਦਾਂ ਹੁੰਦਾ ਰਸਤਾ ਥੋੜ੍ਹਾ ਜਿਹਾ, ਕਿਉਂਕਿ ਜਦ ਪਹਿਲੀ ਵਾਰ ਬੰਦਾ ਆਉਂਦਾ ਉਹਨੂੰ ਪਤਾ ਨਹੀਂ ਹੁੰਦਾ, ਕਨਫਿਊਜ਼ਨ ਹੈ। ਅਤੇ ਜੀ ਪੀ ਐੱਸ ਦਿਖਾਉਂਦਾ ਤਾਂ ਹੈਗਾ, ਅਤੇ ਕਈ ਵਾਰ ਹੋਰੇ ਪਾਸੇ ਲੈ ਵੜਦਾ ਹੈ, ਇਹਦਾ ਵੀ ਕੋਈ ਭਰੋਸਾ ਨਹੀਂ ਹੈਗਾ। ਸੋ ਹਾਲੇ ਦਿਨ ਖੜ੍ਹਾ, ਜੇ ਰਾਤ ਹੁੰਦੀ ਸ਼ਾਇਦ ਮੈਂ ਨਾ ਜਾਂਦਾ ਇੱਧਰ ਨੂੰ। ਸ਼ਾਮ ਹੋ ਗਈ ਆ, ਅਤੇ ਹੁਣ ਆਪਾਂ ਪਹੁੰਚਣੇ ਵਾਲੀ ਹਾਂ, ਅਤੇ ਤੁਹਾਨੂੰ ਦਿਖਾਉਂਦੇ ਹਾਂ ਉੱਥੇ ਪਹੁੰਚ ਕੇ ਬਾਬਾ ਜੀ ਦੀ ਕੁਟੀਆ। ਦੇਖੋ ਕਿੱਦਾਂ ਦੇ ਰਸਤੇ ਨੇ, ਪੂਰਾ ਬਣੀ ਹੈ, ਪੂਰੀ ਜੰਗਲ ਹੈ ਇੱਥੇ। ਬਾਬਾ ਜੀ ਨੇ ਭਗਤੀ ਕੀਤੀ ਸੀ, ਕਾਫੀ ਸਾਲ ਖੜ੍ਹੇ ਰਹਿ ਗਏ, ਅਤੇ ਆਪਾਂ ਉਸ ਕੁਟੀਆ 'ਚ ਅੱਜ ਪਹੁੰਚਾਂਗੇ। ਅਤੇ ਧੰਨਵਾਦ ਆਪਣੇ ਜਿਹੜੇ ਆਪਾਂ ਨੂੰ ਮੌਕਾ ਮਿਲਿਆ ਇੱਥੇ ਪਹੁੰਚਣ ਦਾ, ਅਤੇ ਦੇਖੋ ਕਿੱਦਾਂ ਦੇ ਰਸਤੇ ਨੇ। ਇਹ ਡੰਡੀਆਂ ਬਣੀਆਂ ਹੋਈਆਂ, ਇੱਦਾਂ ਲੋਕ ਇੱਥੇ ਜ਼ਿਆਦਾ ਤੁਰ ਕੇ ਹੀ ਜਾਂਦੇ ਨੇ, ਅਤੇ ਰੇਤਾ ਜਿਹਾ ਹੈਗਾ ਉਦਾਂ, ਪਰ ਸਹੀ ਹੈ ਰਸਤਾ, ਚਲੇ ਜਾਵਾਂਗੇ ਲੱਗਦਾ। ਜੀ ਪੀ ਐੱਸ ਦਿਖਾ ਤਾਂ ਰਿਹਾ, ਦੇਖੋ ਕਦ ਕਿੰਨਾ ਕੁ ਟਾਈਮ ਲੱਗਦਾ ਪਹੁੰਚਣ ਨੂੰ। ਅਤੇ ਬਣੇ ਰਿਹਾ ਇਸ ਤਰ੍ਹਾਂ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਬੈੱਲ ਆਈਕੋਨ ਦੱਬ ਦਿਓ। ਸੋ ਮਿਲਦੇ ਹਾਂ ਆਪਾਂ ਕੁਟੀਆ ਬਾਬਾ ਜੀ ਪਹੁੰਚ ਕੇ। ਆਪਾਂ ਇੱਥੇ ਅੱਜ ਰੁਕਾਂਗੇ ਬਾਬਾ ਜੀ ਦੀ ਕੁਟੀਆ, ਬਹੁਤ ਵਧੀਆ। ਇੱਥੇ ਆਪਾਂ ਆਸ਼ਰਮ 'ਚ ਆ ਗਏ, ਪੂਰਾ ਬੀੜ ਆਲੇ ਦੁਆਲੇ, ਪੂਰਾ ਡੇਰਾ ਬਾਬਾ ਜੀ ਦਾ, ਇਹ ਕਾਫੀ ਆਲੇ ਦੁਆਲੇ ਜੰਗਲ ਹੈ। ਅਤੇ ਹੁਣ ਆਪਾਂ ਇਹਦੀ ਵੀਡੀਓ ਤੁਹਾਨੂੰ ਸਵੇਰੇ ਬਣਾਵਾਂਗੇ, ਅਤੇ ਆਹ ਦੇਖ ਲਓ ਕਿੱਦਾਂ ਦਾ ਵਿਊ ਹੈ ਇੱਥੇ ਦਾ, ਅਤੇ ਗਾਇਆਂ ਬਹੁਤ ਸੀ ਜਦ ਮੈਂ ਆਇਆ ਇੱਥੇ। ਸਭ ਤੋਂ ਵੱਡੀ ਸੇਵਾ ਇਹਨਾਂ ਦੀ ਇਹ, ਬਹੁਤ ਇੰਨੀਆਂ ਗਾਇਆਂ ਨੂੰ ਕਿਵੇਂ ਸਾਂਭਦੇ ਨੇ, ਬਹੁਤ ਵੱਡਾ ਤਕੜਾ ਸਿਸਟਮ ਹੈ ਜੀ। ਅਤੇ ਅੱਜ ਆਪਾਂ ਤੁਹਾਨੂੰ ਇੱਥੇ ਬਾਬਾ ਜੀ ਦੇ ਆਸ਼ਰਮ ਦੀ ਅਤੇ ਗਊਸ਼ਾਲਾ ਦੀ ਵੀਡੀਓ ਬਣਾਵਾਂਗੇ, ਅਤੇ ਉਸ ਤੋਂ ਬਾਅਦ ਆਪਾਂ ਅੱਜ ਇੱਥੋਂ ਚੱਲਾਂਗੇ ਅਲਬਰ ਨੂੰ। ਬਾਬਾ ਜੀ ਨੂੰ ਮਿਲਦੇ ਹਾਂ ਹੁਣ ਆਪਾਂ, ਬਾਬਾ ਜੀ ਨਾਲ ਕੋਈ ਬਚਨ ਬਲਾਸ ਜੋ ਵੀ ਕਰਨਗੇ, ਉਹਨਾਂ ਦੇ ਦੇਸ਼ ਨਾਲ ਚੱਲੂਗਾ ਅੱਗੇ ਕੰਮ। ਸੋ ਇੱਥੇ ਮੈਂ ਸੁੱਤਾ ਸੀਗਾ ਜੀ ਰਾਤ, ਵਧੀਆ ਨੀਂਦ ਆਈ ਆ, ਇੱਦਾਂ ਦੀ ਗੁੱਡੀਆ ਹੈ।
ਬਾਜਰੇ ਦਾ ਦਲੀਆ ਹੈ, ਗੇਹੂੰ ਕਾ ਸਤਿ ਸ਼੍ਰੀ ਅਕਾਲ ਜੀ। ਅਤੇ ਹੁਣ ਆਪਾਂ ਇੱਥੇ ਬਾਬਾ ਜੀ ਕੋਲ ਆਏ ਸੀਗੇ ਰਾਤ, ਅਤੇ ਅੱਜ ਹੁਣ ਸਵੇਰੇ ਸਵੇਰੇ ਉੱਠੇ ਹਾਂ ਅਤੇ ਆਰਤੀ ਦੇ ਸਮੇਂ ਹੋ ਗਿਆ ਸੀਗਾ, ਅਤੇ ਹੁਣ ਆਪਾਂ ਹੁਣ ਗਾਇਆਂ ਦੀਆਂ ਧਾਰਾਂ ਕੱਢਾਂਗੇ। ਦੇਖੋ ਕਿੰਨੀਆਂ ਸੋਹਣੀਆਂ ਗਾਇਆਂ, ਸਾਰੀਆਂ ਦੇਸੀ ਹੈ, ਅਤੇ ਹੁਣ ਆਪਾਂ ਧਾਰਾਂ ਕੱਢਾਂਗੇ। ਬਾਬਾ ਜੀ ਕੋਲ 50 ਗਾਇਆਂ ਨੇ, ਹੁਣ 50 ਗਾਇਆਂ ਦੀਆਂ ਧਾਰਾਂ ਨਿਕਲਣਗੀਆਂ, ਸਾਰੇ ਸੇਵਾਦਾਰ ਲੱਗੇ। ਅਤੇ ਦੇਖੋ ਗਾਇਆਂ ਖੜ੍ਹੀਆਂ, ਅਤੇ ਆ ਖੁੱਲ੍ਹੀਆਂ ਲੱਕੜ ਦੀਆਂ ਬਣੀਆਂ ਹੋਈਆਂ, ਇੱਦਾਂ ਕੁਛ ਸਾਰੇ ਸੇਵਾਦਾਰ ਲੱਗੇ ਆ ਸੇਵਾ ਕਰਨ। ਅਤੇ ਹੁਣ ਅਸੀਂ ਵੀ, ਮੈਂ ਵੀ ਕੱਢੂੰਗਾ ਧਾਰਾਂ ਨਾਲ, ਜਿੰਨੀਆਂ ਕੁ ਮੇਰੇ ਤੋਂ ਕੱਢ ਹੋ ਗਈਆਂ। ਸੇਵਾ ਕਰਦੇ ਹਾਂ ਅੱਜ ਆਪਾਂ ਇੱਥੇ ਬਾਬਾ ਜੀ ਦੇ ਦੇਸ਼ ਨਾਲ। ਇੱਧਰ ਉਹ ਕੜਾਹੇ 'ਚ ਬਾਬਾ ਜੀ ਦੇ ਉਹ ਦਲੀਆ ਸਾਰਾ, ਇੱਧਰ ਖੁੱਲ੍ਹੀਆਂ 'ਚ ਪਾਤਾ ਕਾਫੀ ਸੀਗਾ ਭਰਿਆ ਕੜਾਹਾ, ਦੇਖਿਆ ਹੀ ਆ ਤੁਸੀਂ। ਅਤੇ ਇੱਦਾਂ ਬਣਦਾ ਦਲੀਆ, ਦਲੀਆ ਚੱਕਣ ਨੂੰ ਚੈਨ ਕੁੱਪੀ ਲਾਈ, ਫਿਰ ਇਹਨੂੰ ਸਾਈਡ 'ਤੇ ਲਾ ਦਿੰਦੇ ਹਾਂ। ਅਤੇ ਹੁਣ ਆਪਾਂ ਕੱਢਦੇ ਹਾਂ ਧਾਰਾਂ ਆਪਣੀ ਖੁਦ ਕੇ ਖੋਰ ਪਰ ਆਤੀ ਹੋਈ। ਹਾਂ ਹਾਂ, ਕੋਈ ਅੱਲਾ ਨਹੀਂ ਹੈ ਨਾ, ਆਪਣੀ ਸੀਟ ਪਰ ਆਤੀ ਹੋਈ। ਇਹ ਫਿਕਸ ਹੈ, ਇਨਕੀ ਸੀਟ ਇਹ ਮੇਰੀ ਹੈ, ਇਹ ਮੇਰੀ ਹੈ, ਹੈ ਨਾ। ਹਾਂ, ਚਾਰ ਚਾਰ ਖੁੱਜੇ ਸੇ ਇਹ ਖੜ ਗਈ, ਹੈ ਨਾ। ਬਾਈ ਜੀ ਬਤਾ ਰਹੇ ਥੇ ਕਿ ਜਿਤਨੀ ਗਾਏ ਅੰਦਰ ਹੈ ਇੱਥੇ, ਕਹੀਂ ਜ਼ਿਆਦਾ ਬਾਹਰ ਹੈ, ਇੱਧਰ ਜੰਗਲ ਹੀ ਹੈ ਪੂਰਾ ਸਾਰੀ। ਡੇਰੇ ਕੇ ਅੰਦਰ ਕਮ ਹੀ ਹੈ ਗਾਏ, ਦੂਧ ਵਾਲੀ ਅੰਦਰ ਹੈ, ਬਾਕੀ ਸਭ ਗਾਏ ਬਾਹਰ ਹੈ। ਬਹੁਤ ਸਾਰੀ ਗਾਏ ਹੈ ਯਹਾਂ ਪੇ ਅੰਦਰ, ਬਾਹਰ ਵੀ ਬਹੁਤ ਸਾਰੀ ਗਾਏ। ਮੈਨੇ ਕੱਲ੍ਹ ਦੇਖੀ ਸੀ, ਅੱਜ ਸੁਬਹ ਅਭੀ ਦਿਖਾਊਂਗਾ, ਥੋੜ੍ਹਾ ਦਿਨ ਚੜ੍ਹ ਜਾਏ ਆਪਕੋ ਬਾਹਰ ਜਾ ਕੇ ਵੀ। ਚੜ੍ਹ ਗਿਆ ਜੀ ਕੜਾਹਾ, ਹੁਣ ਇਹਦੇ ਵਿੱਚ ਪਾਣੀ ਪਾ ਕੇ ਦਲੀਆ ਬਣੂੰਗਾ। ਦੇਖੋ ਬੰਦੇ ਸਵੇਰੇ ਸਵੇਰੇ ਲੱਗੇ, ਲੈਟ ਭੱਜ ਗਈ ਆ, ਆਪਾਂ ਨੂੰ ਪਾਉਣਾ ਸੀ ਬਾਲਟੀਆਂ ਅੰਦਰ, ਉੱਧਰੋਂ ਲਿਆਉਣੀਆਂ ਪੈਣੀਆਂ ਉਹ ਸੁਬੇ 'ਚ ਪਰੇ ਤੋਂ ਅੱਗੇ ਤੋਂ ਉੱਥੋਂ ਅੱਗੇ ਪਹਿਲਾਂ ਮੋਟਰ ਚੱਲਦੀ ਸੀ, ਫਿਰ ਲਾਈਟ ਭੱਜ ਗਈ। ਹੁਣ ਦੇਖੋ ਤਾਂ ਸੁਣੋ ਆਵਾਜ਼, ਤੋਤੇ ਕਾਫੀ, ਹੋਰ ਜਾਨਵਰ ਆ ਗਏ ਸਵੇਰੇ ਸਵੇਰੇ, ਅਤੇ ਮੋਰ ਵੀ ਆ ਗਏ ਪੂਰਾ ਬਣੇ ਆ ਇੱਥੇ ਆਲੇ ਦੁਆਲੇ ਸਾਰੇ ਕਿਤੇ। ਇੱਥੇ ਇੱਦਾਂ ਹੀ ਕਹਿੰਦੇ ਆ ਬਾਬਾ ਜੀ ਆਦੇਸ਼, ਜਿੱਦਾਂ ਆਪਣੇ ਬਾਬਾ ਜੀ ਹੁਕਮ ਕਰੋ ਕੋਈ, ਹੈ ਨਾ, ਜਿੱਦਾਂ ਵੀ ਬਾਬਾ ਜੀ ਆਪਣੇ ਹੁੰਦੇ ਆ ਕਿਤੇ ਵੀ ਆਪਣੇ ਉੱਧਰ ਕਰਦੇ ਆ। ਅਤੇ ਇੱਥੇ ਇਹਨਾਂ ਦਾ ਹੈਗਾ, ਸਿੱਧਾ ਹੀ ਪੁੱਛਦੇ ਹਾਂ ਬਾਬਾ ਜੀ ਆਦੇਸ਼। ਆ ਤੂੜੀ ਦੇ ਭੰਡਾਰ ਪਏ ਆ, ਉੱਧਰ ਮੋਰ ਘੁੰਮਦੇ ਫਿਰਦੇ ਨੇ, ਬਹੁਤ ਸਾਰੇ ਮੋਰ ਇੱਥੇ ਘੁੰਮ ਰਹੇ ਨੇ। ਹਾਂ, ਬਹੁਤ ਸੋਹਣਾ ਗ੍ਰੀਨ ਜਿਹਾ ਘਾਹ ਲੱਗਿਆ ਹੋਇਆ, ਅਤੇ ਮੈਨੂੰ ਲੱਗਦਾ ਗਾਇਆਂ ਵਾਸਤੇ ਬੀਜਿਆ ਹੋਇਆ ਇਹਨਾਂ ਨੇ। ਅਤੇ ਇੱਦਾਂ ਦਾ ਕੁਛ ਮਾਹੌਲ ਹੈ ਇੱਥੇ। ਤਾਂ ਦੇਖੋ ਕੋਲ ਨੂੰ ਆ ਜਾਂਦਾ ਮੋਰ, ਨਹੀਂ ਤਾਂ ਆਪਣੇ ਤਾਂ ਭੱਜ ਜਾਂਦੇ ਨੇ ਡਰ ਕੇ, ਹੈ ਨਾ। ਇੱਥੇ ਪਿਆਰ ਕਰਦੇ ਹਾਂ ਸਾਰਿਆਂ ਨੂੰ, ਦੇਖੋ ਜਮ੍ਹਾਂ ਹੀ ਕੋਲ ਆ ਗਿਆ ਮੇਰੇ। ਅਤੇ ਹੁਣ ਆਪਾਂ ਚੱਲਦੇ ਹਾਂ ਅੰਦਰ, ਅੰਦਰ ਵੀ ਬਹੁਤ ਕਾਫੀ ਸਾਰੇ ਮੋਰ ਹੀ ਮੋਹਰ ਫਿਰਦੇ ਨੇ। ਇੰਨੇ ਮੋਹਰ ਤਾਂ ਮੈਂ ਇਕੱਠੇ ਕਦੇ ਨਹੀਂ ਦੇਖੇ, ਅੱਜ ਪਹਿਲੀ ਵਾਰ ਦੇਖੇ ਨੇ। ਦਾਣੇ ਪਾਣੀ ਦੀ ਖੇਡ ਆ, ਦੇਖੋ ਕਿੱਥੇ ਕਿੱਥੇ ਚੁਗਣਾ ਪੈਂਦਾ ਦਾਣਾ ਪਾਣੀ। ਇੰਨੀਆਂ ਚਿੜੀਆਂ, ਅਤੇ ਇੰਨੇ ਸਾਰੇ ਮੋਰ ਮੈਂ ਪਹਿਲਾਂ ਕਦੇ ਨਹੀਂ ਦੇਖੇ ਇਕੱਠੇ। ਦੇਖੋ ਕਿਵੇਂ ਘੁੰਮਦੇ ਫਿਰਦੇ ਨੇ।
ਠੰਡ ਬਹੁਤ ਹੈ, ਹੱਥ ਸੁੰਨ ਹੋਏ ਪਏ ਨੇ। ਦੇਖੋ ਕਿੰਨੇ ਸਾਰੇ ਮੋਰ ਉੱਧਰ ਵੀ ਬਹੁਤ ਸਾਰੇ ਫਿਰਦੇ ਨੇ। ਬਹੁਤ ਸੋਹਣੀ ਬਣੀ ਹੋਈ ਛੰਨ ਸੜਕੜੇ ਦੀ। ਇੱਦਾਂ ਦੇ ਕੁਛ ਦਰੱਖਤ ਨੇ ਵੱਡੇ ਵੱਡੇ, ਕਾਫੀ ਪੁਰਾਣੇ। ਬਾਬਾ ਜੀ ਨੇ ਕਈ ਸਾਲ ਭਗਤੀ ਕੀਤੀ ਸੀ ਇੱਥੇ। ਅਤੇ ਹੁਣ ਆਪਾਂ ਚੱਲਦੇ ਹਾਂ ਗੈਮ ਵੱਲ, ਧਾਰਾਂ ਚੋਣ ਦਾ ਟਾਈਮ ਹੋ ਗਿਆ ਅਤੇ ਮੈਂ ਵੀ ਹੱਥ ਵਟਾ ਦੇਵਾਂ ਥੋੜ੍ਹਾ ਜਿਹਾ ਵਿੱਚ। ਸਵੇਰੇ ਸਵੇਰੇ ਪਹਿਲਾਂ ਕੱਖ ਕੰਡਾ ਪਾ ਕੇ ਹਟੇ ਹਾਂ, ਹੁਣ ਛੱਡ ਤੇ ਬਾਬਾ ਜੀ ਨੇ ਬੱਚੇ ਉੱਧਰ, ਉਹਦਾ ਆਪ ਧਾਰਾਂ ਚੋਂਦੇ ਨੇ ਨਾਲ। ਸਾਰਾ ਕੰਮ ਨਿਬੜ ਗਿਆ ਜੀ ਧਾਰਾਂ ਧੂਰਾਂ ਦਾ। ਹੁਣ ਤਾਂ ਭਗਤ ਆਪਣੇ ਜਿਹੜੇ ਸਾਰੇ ਸੇਵਾ ਕਰਦੇ ਸੀ ਸਾਰੇ ਸੈੱਟ ਹੋ ਗਿਆ ਕੰਮ ਇੱਧਰ। ਅਤੇ ਹੁਣ ਉਹ ਧੂਣੀ ਲਾਈ ਹੈ ਜਿੱਥੇ ਕੜਾਹਾ ਭਰਿਆ ਸੀਗਾ ਦਲੀ ਵਾਲਾ, ਉੱਥੇ ਬਹਿ ਕੇ ਛੇਕਣ ਲੱਗੇ ਹੋਏ ਨੇ। ਠੰਡ ਬਹੁਤ ਆ, ਹੱਥ ਸੁੰਨ ਹੋ ਗਏ। ਅਤੇ ਉਸ ਹਿਸਾਬ ਨਾਲ ਹੁਣ ਉੱਥੇ ਸੇਵਾ ਕਰਕੇ ਇੱਥੋਂ ਸਾਰੇ ਜਾਣੇ ਇੱਥੇ ਦੇਖੋ ਕਿੱਦਾਂ ਖੜੀਆਂ ਗਏ ਹਾਂ। ਸੇਕਾਂਗੇ ਹੁਣ ਥੋੜ੍ਹੀ ਦੇਰ, ਫਿਰ ਬਾਬਾ ਜੀ ਤੋਂ ਲੈਂਦੇ ਹਾਂ ਕਿੱਦਾਂ ਦਾ ਅਗਲਾ ਬਾਬਾ ਜੀ ਦਾ ਆਦੇਸ਼ ਹੁੰਦਾ। ਅਤੇ ਦੇਖੋ ਐਨ ਹੁਣ ਐਨ ਲੈਣ ਫਿਰ ਬੱਛੜੇ ਸਾਰੀ ਬੱਛੇ ਬੱਚੀਆਂ ਸਾਰੀ ਖੜੇ ਆ, ਬੱਛੇ ਵੀ ਨੇ ਵਿੱਚ ਵੱਡੇ ਵੱਡੇ। ਕਿੰਨਾ ਸੋਹਣਾ ਹੈ ਨਾ ਮਾਹੌਲ ਆ ਰਿਹਾ। ਕਿਆ ਕਿਆ ਡਾਲ ਲਿਆ ਇੱਥੇ? ਹੁਣ ਡਾਲ ਲਿਆ ਹੈ ਮੇਥੀ, ਹੋਰ ਦਲੀਆ ਦਲੀਆ, ਹਾਂਜੀ ਦੰਦੋਲਾ ਦੰਦੋਲਾ। ਇਹ ਕਾਲੇ ਕਾ ਬਲੈਕ ਕਲਰ ਕਾ ਕਿਆ ਹੈ ਜੋ ਕਾਲੇ ਰੰਗ ਕਾ? ਦੰਦੋਲਾ, ਹਾਂਜੀ ਦੰਦੋਲਾ ਦੰਦੋਲਾ। ਹਾਂ ਇਹ ਬਲੈਕ ਕਲਰ ਕੇ ਰਹੇ ਦੰਦੋਲੇ। ਅੱਛਾ ਗੁੜ ਡਾਲ ਦੀ। ਹੁਣ ਆਪਾਂ ਕਰ ਰਹੇ ਹਾਂ ਜੀ ਲੰਗਰਾਂ ਦੀਆਂ ਤਿਆਰੀਆਂ। ਅਤੇ ਹੁਣ ਆਪਾਂ ਛਿੱਲਾਂਗੇ ਆਲੂ। ਅੱਛਾ ਹਾਂਜੀ। ਅਤੇ ਟਮਾਟਰ ਕੱਟਤੇ ਆ, ਮਿਰਚਾਂ ਕੱਟਤੀਆਂ, ਅਤੇ ਬਸ ਹੁਣ ਆਪਾਂ ਆਲੂ ਛਿੱਲਣ 'ਤੇ ਰਹਿ ਗਏ ਹਾਂ। ਛਿੱਲ ਕੇ ਫਿਰ ਲੰਗਰ ਪਾਣੀ ਦੀਆਂ ਤਿਆਰੀਆਂ ਚੱਲ ਗਈਆਂ ਪੂਰੀਆਂ। ਅਤੇ ਹੁਣ ਆਪਾਂ ਲੰਗਰ ਪਾਣੀ ਛੱਕ ਕੇ ਫਿਰ ਬਾਬਾ ਜੀ ਤੋਂ ਲੈਂਦੇ ਹਾਂ ਆਦੇਸ਼ ਕਿੱਦਾਂ ਦੇ ਬਚਨ ਗਲਾਸ ਹੁੰਦੇ ਨੇ। ਫਿਰ ਆਪਾਂ ਚੱਲਾਂਗੇ ਅੱਗੇ, ਲੰਬਰ ਸਫ਼ਰ ਕਾਫੀ ਲੰਬਾ ਹਲੇ ਅਤੇ ਕੰਮ ਲੇਟ ਹੁੰਦਾ ਲੱਗਦਾ ਕੰਮ ਵਿੱਚ। ਕਿਉਂ ਆਏ ਹਾਂ ਵੀ ਦਿਨ ਥੋੜ੍ਹੇ 20 ਦਿਨ ਵੱਧ ਚਾਹੀਦੇ ਨੇ। ਜੀ ਪੀ ਐੱਸ ਤਾਂ ਘੱਟ ਦਿਖਾਉਂਦਾ ਸੀ, ਪਰ ਜੀ ਪੀ ਐੱਸ ਦੇ ਨਾਲ ਥੋੜ੍ਹੀ ਨਾ ਆਪਾਂ ਚੱਲ ਸਕਦੇ ਹਾਂ। ਛਿਲਕੇ ਨੀਚੇ ਛਿਲਕੇ ਨੀਚੇ ਥੋੜ੍ਹੀ ਬਹੁਤੀ ਸਮਝ ਆਉਂਦੀ ਹੈ ਭਾਸ਼ਾ, ਬਾਕੀ ਬਸ ਇਹ ਮੇਰੀ ਪੰਜਾਬੀ ਘੱਟ ਸਮਝਦੇ ਨੇ।
ਮਿਕਸੀ 'ਚ ਕਰ ਲੈਂਦੇ ਕੰਮ, ਜਾਣੀ ਕੰਮ ਚੱਲ ਜਾਂਦਾ ਕੰਮ। ਸੋ ਹੁਣ ਛਿੱਲਣ ਦਿਓ ਆਲੂ, ਵੀਡੀਓ ਨੂੰ ਕਰਦੇ ਆਪਾਂ ਬੰਦ। ਆਹ ਬਣ ਕੇ ਰੋਜ਼ ਇਹਨੂੰ ਚੈਨ ਕੋਪੀ ਨਾਲ ਚੱਕ ਕੇ ਫਿਰ ਇੱਧਰ ਠੰਡਾ ਕਰਿਆ ਜਾਂਦਾ। ਇੱਦਾਂ ਦਾ ਜੁਗਾੜ ਬਣਾ ਕੇ ਉੱਪਰ ਚੈਨ ਕੁੱਪੀ ਲਾਈ ਦੀ ਹੈ, ਹੁਣ ਇੱਥੇ ਰੱਖਣਗੇ ਠੰਡਾ ਹੋਈ ਜਾਊਗਾ। ਫਿਰ ਹੁਣ ਆਪਾਂ ਜਾਵਾਂਗੇ ਟਰਾਲੀ 'ਚ ਥੈਲੇ ਭਰ ਕੇ ਬਾਹਰ ਕੱਖ ਪਾਉਣ ਗਏ ਹਨ, ਉਹ ਵੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਜਾਂਦੇ ਹਾਂ ਟਰੈਕਟਰ 'ਤੇ। ਉਹ ਭਰ ਰਹੇ ਹਾਂ ਜ਼ਬਰਦਸਤ, ਧੁੱਪਾਂ ਨਿਕਲੇ ਜੀ। ਬਾਬਾ ਜੀ ਹੁਣ ਬਾਹਰ ਬਹਿ ਗਏ ਆ ਕੇ, ਅਤੇ ਹੁਣ ਆਪਾਂ ਇਹਨਾਂ ਕੋਲ ਵਜਨ ਬਲਾਸ ਕਰਾਂਗੇ ਬੈਠ ਕੇ 10 ਮਿੰਟ। ਸੈੱਟ ਕਰ ਲਓ ਹੁਣ ਆਪਾਂ ਚੱਲੇ ਹਾਂ ਜੀ ਗਾਇਆਂ ਨੂੰ ਬਾਹਰ ਕੱਖ ਪਾਉਣ। ਬਾਬਾ ਜੀ ਇੱਧਰ ਨਾਲ ਸਾਰੇ ਭਗਤ ਨੇ, ਦੇਖੋ ਦੇਖਦੇ ਹਾਂ ਕਿੱਧਰ ਕਿੱਧਰ ਲੈ ਕੇ ਜਾਂਦੇ ਨੇ। ਮੈਂ ਤਾਂ ਇੱਥੇ ਪਹਿਲੀ ਵਾਰ ਕੱਲ੍ਹ ਆਇਆ ਸੀ, ਜਦ ਵਿੱਚ ਉਹ ਸਾਰਾ ਹੀ ਭੁੱਲ ਗਿਆ ਸੀ ਰਸਤਾ ਉੱਧਰ, ਅੱਜ ਹੁਣ ਤੁਹਾਨੂੰ ਨਵਾਂ ਦਿਖਾਏਂਗੇ ਰਸਤਾ। ਪੂਰੀ ਗਊਸ਼ਾਲਾ ਦੀ ਵੀਡੀਓ ਬਣਾ ਰਹੀ ਹਾਂ। ਖੋਲੋ ਜੀ, ਖੋਲੋ ਗੇਟ। ਸ਼ੈੱਡ ਇੱਧਰਲੇ ਪਾਸੇ ਬਣਿਆ ਹੋਇਆ ਬਹੁਤ ਵੱਡਾ, ਇੱਧਰ ਤੂੜੀ ਤੂੜੀ ਦੇ ਭੰਡਾਰ ਭਰੇ ਪਏ ਆ ਵੱਡੇ ਵੱਡੇ ਗਡਾਊਨ। ਖੁੱਲਿਓ ਬਾਈ ਜਲਦੀ, ਖੁੱਲ ਗਿਆ ਸਿਆਮ ਸਿਆਮ। ਲਓ ਜੀ ਦੇਖੋ ਰਾਜਸਥਾਨ ਦਾ ਬਣ, ਇੱਥੇ ਬਾਬਾ ਜੀ ਨੇ ਕਾਫੀ ਸਾਲ ਤਪੱਸਿਆ ਕੀਤੀ ਸੀਗੀ। ਦੇਖੋ ਕਿੱਡਾ ਸਿਸਟਮ ਆ ਰਹੇ, ਇੱਥੇ ਹੋਰ ਵੀ ਸਾਧੂ ਸੰਤਿਆਂ ਨੇ ਤਪੱਸਿਆ ਕਰਦੇ ਨੇ। ਦੇਖੋ ਬਾਈ ਬਾਹਰ ਕੀ ਗਾਏ, ਅਬ ਇਨਕੋ ਖਾਣਾ ਦਾਣਾ ਡਾਲਨੇ ਕੇ ਲੀਏ ਟਰੈਕਟਰ ਸੇ ਆਏ ਹੋਏ ਹੈ। ਪਿੱਛੇ ਭਗਤ ਜੀ ਆ ਗਏ, ਉਹ ਥੱਲੇ ਉਠਾ ਉਠਾ ਕੇ ਡਾਲੇਂਗੇ ਇਸ ਨੂੰ। ਗਾਏ ਕੋ ਰੋਕ ਲੈ ਬਾਈ, ਅਕਾਊਂਟ ਬਤਾ ਦੋ, ਆਪ ਨਾਮ ਬਤਾ ਦੋ ਇੰਸਟਾਗ੍ਰਾਮ। ਓਕੇ ਆ ਜਾਏਗੀ ਬਸ ਵੀ। ਚਲੋ ਬਾਈ ਵਿਧਾਇਕ ਜੀ ਆ ਗਏ, ਅਭੀ ਸੇਵਾ ਕਰੇਂਗੇ। ਵਿਧਾਇਕ ਜੀ ਤੋਂ ਆ ਹੀ ਗਏ ਥੇ ਪਹਿਲੇ।
ਮੇਰੇ ਤੋਂ ਤਾਂ ਸੇਵਾ ਕੋਈ ਨਾ ਹੋਈ ਬਾਈ, ਵੀਡੀਓ ਬਣਾਉਣੀ ਲੱਗ ਰਿਹਾ। ਉੱਪਰ ਸੇ ਬਣ ਰਹੀ ਹੈ ਬੜੀਆ। ਚਲੋ ਜੀ ਬਾਬਾ ਜੀ ਦੱਸਣਗੇ ਸਾਰੀ ਬਾਕੀ ਹਿਸਟਰੀ ਆਪਾਂ ਨੂੰ ਬਾਅਦ ਚ, ਪਹਿਲਾਂ ਸੇਵਾ ਕਰ ਲਈਏ। ਲੈ ਜੀ ਦੋ ਘੰਟੇ ਵਜੇ ਬਸ। ਅੱਛਾ ਅੱਗੇ ਸੁਬਹ ਬਤਾ ਰਹੇ ਜੇ। ਅੱਛਾ ਇਹ ਬੜਾ ਵਾਲਾ ਹੈ ਜੋ ਆਪ ਬਣਾ ਰਹੇ ਹੋ। ਨੰਦੀ ਮਹਾਰਾਜ ਜੀ ਆ ਰਹੇ ਹੈ, ਆਵਾਜ਼ ਸੇ ਸੁਣ ਕੇ ਆ ਗਿਆ ਬਾਈ, ਕਾਫੀ ਤਕੜਾ ਹੈ ਬਾਈ। ਹਾਂ ਉਹ ਦੇਖੋ ਉਹ ਆ ਗਿਆ ਦੇਖੋ, ਹੈ ਅਲੱਗ ਹੀ ਦਿਖਦਾ ਸਾਰੀਆਂ ਚੋਂ, ਇਕੱਲਾ ਹੀ ਹੁੰਦਾ ਟਾਵਰ ਨਾ ਪੂਰੀ ਤੁਰਿਆ। ਦੇਸੀ ਹਰਿਆਣਾ ਨਸਲ ਆਈ ਸਾਰਿਆਂ ਚੋਂ ਅਲੱਗ ਦਿਖਦਾ। ਦੇਖੋ ਗੱਡੀ ਹੈ, ਵਾਹ ਕੀ ਬਾਤ ਹੈ। ਕਿਆ ਨਾਮ ਲੈ ਰਹੇ ਥੇ ਆਪ? ਚੰਡੂ? ਅੱਛਾ ਤਕੜਾ ਬੋਲਡ ਹੀ ਨਹੀਂ ਦੇਖਿਆ ਪਹਿਲਾਂ ਵੀ ਕਦੇ ਵੀ, ਏਡਾ ਆਪਣੇ ਵੀ ਉੱਧਰ ਬਹੁਤ ਸੀਗੇ ਪਰ ਇੱਦਾਂ ਦਾ ਏਡਾ ਬੜਾ ਬੋਲਡ ਕਦੇ ਨਹੀਂ ਦੇਖਿਆ। ਦੇਖ ਲਓ ਕਿੱਡਾ ਬੈਲ, ਤੂੰ ਵੀ ਸੁਨੱਖਾ ਪੂਰਾ। ਕੈਮਰੇ ਤਾਂ ਸ਼ਾਇਦ ਛੋਟਾ ਲੱਗਦਾ ਪਰ ਬਾਕੀ ਗਾਇਆਂ ਤੋਂ ਉੱਪਰ ਦੀ ਹੈ ਸਾਰੀਆਂ ਤੋਂ, ਇਕੱਲਾ ਹੀ ਦਿਖਦਾ ਅਲੱਗ।
देखो गड्ढा देखो हो जा भी नंदी रखो दूर दूर तक कुछ दिखाई नहीं दे रहा सेना की पूरी सेवा करते ने हर भगत बहुत सेवा करते हैं मेन गेट जितों आप एंट्री की थी पहला चार चाले चार दुआरी बहुत बड़ी की थी जो उ बड़ा बुलद सी बेटा वह अच्छा देसी जमा बिल्कुल हरियाणवी नस्ल है पूरी देखो यदा भी कद काट के सोना है राजस्थान में हाँ वो मैं पहली बार मैं बना ली उसकी सुबह राजस्थान में गन्ना मैंने पहली बार देखा सेट करता बेड बनाता पूरा सेट करके रेता पूरा एन गदेले वांगू बिछाता वो बैठे हैं सवेर दे लगे हैं बाबा जी दोने वो वाले सारी इधर देखो एन करके गोहा गोहा सार सफाई करती गोबर की तैयारी करती अगली बार जब हम आके खानी है काको पाते सारे ही ਤੇ ਹੁਣ ਆਪਾਂ ਬਾਬਾ ਜੀ ਜੀ ਕੋਲ ਬਹਿਨੇ ਦੋ ਘੜੀ ਫੇਰ ਉਹ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ ਹੁਣ ਸੇਵਾ ਕਰਕੇ ਭਗਤ ਬਹਿ ਗਏ ਆਪਣੇ ਇੱਥੇ ਹੁਣ ਇੱਥੇ ਇਹਨਾਂ ਦਾ ਜਿਵੇਂ ਹਿਸਾਬ ਕਿਤਾਬ ਆ ਉਹ ਬੈਠ ਕੇ ਪੀਂਦੇ ਆ ਥੋੜ੍ਹੀ ਰੈਸਟ ਕਰਕੇ ਫਿਰ ਬਾਬਾ ਜੀ ਬੋਲਦੇ ਤੇ ਕਿਆ ਕਰਨਾ ਅਭੀ ਜਾਣਾ ਜਵੀ ਜਵੀ ਕੱਟਣੇ ਕੇ ਲਈ ਜਾਣਾ ਹਾਂ ਗਾਓ ਕੇ ਲਈ ਹਰਾ ਚਾਰਾ ਉਹ ਕਹਾਂ ਅੰਦਰ ਹੀ ਹੈ ਬਾਹਰ ਖਿਲਾਣਾ ਅੰਦਰ ਹੀ ਹੋ ਹੱਥੋਂ ਤੇ ਕੱਟਣਾ ਮਸ਼ੀਨ ਤੇ ਸਵੇਰੇ ਸਾਰੇ ਗਾਇਆਂ ਦੀਆਂ ਧਾਰਾਂ ਹੱਥੀਂ ਕੱਢੀਆਂ ਨੇ ਬਿਨਾਂ ਮਸ਼ੀਨ ਤੋਂ ਹੱਥੇ ਮਸ਼ੀਨ ਇਹਨਾਂ ਦੀ ਸੱਚੀ ਗੱਲ ਹੈ ਚਲੋ ਹੁਣ ਆਪਾਂ ਬਾਬਾ ਜੀ ਨੂੰ ਮਿਲਦੇ ਹਾਂ ਤੇ ਦੇਖਦੇ ਹਾਂ ਬਾਬਾ ਜੀ ਕੀ ਵਚਨ ਕਰਦੇ ਹਾਂ ਬਾਬਾ ਜੀ ਮਹਾਰਾਜ ਜੀ ਵੀਡੀਓ ਬਣਾ ਲਿਆ ਥੋੜ੍ਹੀ ਜੀ ਆਪਣੀ ਤੁਹਾਡੀ ਬਣਾ ਲਿਓ बता देना आप थोड़ा इसके यहाँ के बारे में है ना की कहते ने बिल्कुल सत्य बात हाँ बाबा जी आदेश 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 बाबा जी यहाँ के बारे में थोड़ा कुछ बता दीजिए ये गांव बुआना है जिला झुंझुनू राजस्थान हाँ जी और ये आश्रम है बाबा गंगानाथ जी महाराज खड़ेश्वरी अच्छा जी जिन्होंने 21 वर्ष तपस्या की अच्छा जी सिर्फ गऊओं के लिए हाँ जी गऊओं यहाँ पर गौ सेवा की जाती है ठीक है जी और यहाँ पर पुरुषार्थ धर्मार्थ के लिए बहुत ज़्यादा मात्रा में संख्या में लोग आते हैं हाँ जी और यहाँ पर गऊओं की सेवा करते हैं ठीक है जी गऊओं की सेवा से हमारे गुरुजियों का कहना था कि रोग दोष ताप साप दाप हाँ जी सभी कट जाते हैं ठीक है जी पापों से मुक्ति मिलती है रोगों से मुक्ति मिलती है हाँ जी जिस भावना से जो गौ माता की सेवा करता है हाँ जी उसी भावना को उसको फल मिलता है सही है जी। ये बाबा गंगानाथ जी महाराज खड़ेश्वरी जी की तपोभूमि है ठीक है जी उन्होंने यहाँ पर गौओं के लिए बहुत काफी हद तक अच्छा कार्य किया हाँ जी हाँ जी उन्होंने पानी की व्यवस्था भी की हाँ इतना बड़ा आश्रम बनाया जी जी सिर्फ गौओं के लिए जी जी यहाँ पर गौओं की सेवा की जाती है यहाँ पर खड़ दलिया बिंदोड़ा
सब। हाँ वो मैंने देखा, वो बढ़िया कढ़ाई में है ना बनता है बढ़िया। यहाँ पर गेहूँ का दूध भी डाला जाता है भाई। और कुछ दवाई के बारे में भी बता रहे थे, कोई आता है तो? दवाई तो गुरुओं की परंपरा है। अच्छा जी, यहाँ पर दवाओं का भी काम किया जाता है जैसे गुरुजियों से हमने सीखा। हाँ जी हाँ जी, किसी भी प्रकार का रोग हो ठीक है जी, जैसे वो बताता है वैसे उसको दवाई बताई जाती है और काफी हद तक ठीक होते हैं, ठीक हो जाता है। चलो कृपा जी आपकी बढ़िया। तो ये बड़े यहाँ पे बाबा जी के पास सारे भक्त तो बैठे हुए हैं, तो अभी वो बाबा जी की कुटिया बनाई है। तो उधर आपको मैंने गाय का तो पहले दिखाई दिया, कुछ यहाँ का माहौल बहुत बढ़िया लग गया, मन बहुत सुकून मिले, शांति बहुत मिली इतने आके बाबा जी के दर्शन करके बहुत बढ़िया लग गया। तो हम आप अगे बढ़ा बाबा जी तो अगे लेके सारे धन्यवाद। हाँ जी हाँ जी हाँ, बाबा जी को मोर आ गया। संगत भगत आई जाते हैं बाबा जी के कोल, इतने हरियाणे वाले तो राजस्थान तो काफ़ी संगत इतने आँदी है, पंजाब तो भी आते हैं पर पंजाब तो घट आते क्यों दूर है ना, बाकी किस पता भी नहीं होंगे बाबा जी का इतने। मैं भी पहली बार आया हाँ, हाथ से बनाया जाता था ना पहले भी। हाँ तो ये देखो बाबा जी कैसे बनाते हैं, आप भी सीख लो देख के, देखो किदा बनती है। पीछे थोड़ी जी मोड़ के तोड़ देंगे, दो जोड़ के बनाते हैं ना। बत्ती दिखाइए, दिखा दे पापा ने बना बत्ती। ये देखो कैसी बन, हेलो कैसे हो भाई? ये नहीं हूँ अज जान देंगे मैनू इतों, कहते जवी वढ़ के जा, हूँ जवी वढ़ के हटे ट्राली भर के, मैं तेरा बाली वढ़ नहीं हुई है सारे, बाबा जी ने वढ़ी है, वो खड़े ने, वो बाबा जी ने वढ़ी है, ट्राली भरन गए सारे जने, तो मैं फिर ट्रैक्टर से उधर छड के आऊँगा इनू। हूँ बाबा जी स्पेशल गाय की देखभाल करते हैं, वो तो मैं तुम दसे दता मैं, तो वैसे आश्रम पूरा गायों के वास्ते ही बनया सी, बाबा जी ने तपस्या करके। ये बाबा जी के चेले हैं, ये बाबा जी गौवा खाते छोड़ रखे हैं स्पेशल। अच्छा जी आरती पूजा के लिए हो रहे हैं ये गौवा के लिए। ओके तो आरती पूजा के लिए वो दूसरे बाबा जी है ना, हम अभी ट्राली भर के इन्हों लैके जावे उधर टोके वाली मशीन को। अच्छा जी मस्ती मारो जी, ठीक है आज नहीं गए आप स्कूल, छुट्टी आज तो है ना, सैटरडे आज। ये जड़ी सेवा है ना ये निस्वार्थ है, इसे तनखा तो नहीं किसी की लगी हुई, तनखा नहीं है बस गऊ सेवा, गऊ सेवा फ्री सेवा, ये दिल तो करते ने, एक तो होंगे भी हूं धक्के करना, ये पूरा दिल तो लगे हुए ने, मैं सवेर का इतने इन्हों के नाल ही हाँ। अच्छा अच्छी बात है भाई,
ਪੂਰਾ ਜੀਵਨ ਕਹਿੰਦੇ ਗਊਆਂ ਦੇ ਨਾਮ ਕਰ ਦੇਣਾ। ਦੇਖੋ ਕਿੰਨੀ ਸੇਵਾ ਪ੍ਰਤੀ ਇਹਨਾਂ ਦੀ ਭਾਵਨਾ, ਸੇਵਾ ਬਹੁਤ ਜਾਣੀ ਵਧੀਆ ਲੱਗਿਆ ਮੈਨੂੰ। ਇਧਰ ਸਭ ਭਾਈ ਸੇਵਾ ਹੈ, ਕੋਈ ਦਿਹਾੜੀ ਵਾਲਾ ਨਹੀਂ ਹੈ। ਹਾਂ ਉਹੀ ਮੈਂ ਪੁੱਛ ਰਿਹਾ ਨਾ, ਸਭੀ ਸੇਵਾ। ਹਾਂ ਠੀਕ ਹੈ, ਜਿਤਨੇ ਬੰਦੇ ਅੰਦਰ ਵੀ ਲੱਗੇ ਹੋਏ ਸਭੀ ਸੇਵਾ, ਸਭੀ ਸੇਵਾ ਵਾਲੇ ਹੈ। ਤੋ ਆਪ ਵੀ ਆ ਸਕਦੇ ਹੋ, ਅਗਰ ਸੇਵਾ ਕਿਸੇ ਨੇ ਕਰਨੀ ਹੈ ਤੋ ਆ ਕਹਿਣੇ ਕਿ ਦੇਸੀ ਘੀ ਦੇ ਨਾਲ ਰੋਟੀ ਪ੍ਰਸ਼ਾਦਾ ਮਿਲਦਾ ਹੈ ਨਾ। ਸਰਕਾਰ ਕਈ ਤਰ੍ਹਾਂ ਇਲਾਜ ਕਰਤੇ ਬਾਬਾ। ਹਾਂ ਇਲਾਜ ਵੀ ਕਰਦੇ ਆ ਬਾਬਾ ਜੀ, ਮੈਂ ਤੁਹਾਨੂੰ ਦਿਖਾਏ ਆ, ਬਾਬਾ ਜੀ ਨੇ ਦੱਸਿਆ ਹੀ ਆ। ਤੇ ਹੁਣ ਜਿਹੜਾ ਖਾਣਾ ਖੂਣਾ ਵੀ ਸਾਰਾ ਦੇਸੀ ਘਿਓ 'ਚ ਬਣਦਾ ਹੈ ਨਾ, ਦੇਸੀ ਘੀ 'ਚ ਬਣਦਾ। ਹਾਂ ਤੇ ਹੁਣ ਆਪਾਂ ਚੱਲਦੇ ਹਾਂ ਉੱਧਰ ਨੂੰ ਲੈ ਕੇ, ਭਰ ਜਾਣ ਦਿਓ ਟਰਾਲੀ ਤੇ ਵੀਡੀਓ ਫਿਰ ਲੰਬੀ ਹੋਈ। ਬਾਬਾ ਜੀ ਕਾਸ਼ਤੇ ਹੈ। ਅੱਛਾ ਜੀ, ਚਲੋ ਅੱਛੀ ਬਾਤ ਹੈ, ਕਿਸੇ ਦਾ ਭਲਾ ਹੋ ਜਾਏਗਾ ਨਾ। ਉਹ ਆਪਣੇ ਇੱਕ ਲੜਕਾ ਵੋ ਬਾਬਾ ਜੀ ਜੁਆ ਰੱਖਾ ਹੈ। ਅੱਛਾ ਹਾਂ, ਜਮਾ ਡਾਕਟਰ ਨਾਟ ਗਏ ਥੇ। ਆ ਜੋ ਅਭੀ ਆਇਆ ਵੋ ਪਤਲਾ ਵਾਲਾ ਨੇ ਕਢਾਈ ਕੇ ਪਾਸ ਬੈਠਾ ਥਾ। ਹਾਂ ਵੋ ਅੱਛਾ ਕਾਤਿਆ ਕਰੇ ਜੋ ਕਾਤਿਆ ਕਾਤਿਆ ਨਾਮ ਦੇ ਰਸੂ। ਹਾਂ 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 ਕਾਤਿਆ, ਵੋਹੀ ਕਾਤਿਆ। ਅੱਛਾ ਬਾਬਾ ਜੀ ਨੇ ਜੁਆ ਰੱਖਾ ਭਾਈ, ਬਾਬਾ ਜੀ ਨੇ ਉਹਦੇ ਤੇ ਮਿਹਰ ਕਰਤੀ ਜਾਣੀ। ਚਲੋ ਚੰਗੀ ਗੱਲ ਆ ਜੇ ਮਿਹਰ ਹੋ ਜਵੇ। ਤੇ ਇਦਾਂ ਮੁੰਡਾ ਸੀ ਸਵੇਰੇ ਇੱਕ, ਉਹ ਬਾਬਾ ਜੀ ਨੇ ਕਿਰਪਾ ਕਰੀ ਉਹਦੇ ਪਰ, ਉੱਤੇ ਉਹ ਠੀਕ ਹੋ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਤੇ ਇਦਾਂ ਦੇ ਭਾਈ ਸਾਧੂ ਸੰਤਾਂ ਦੇ ਹੁੰਦੇ ਆ ਬੋਲ ਬਚਨ। ਹੁਣ ਅੱਜ ਮੇਰੇ ਨਾਲ ਵੀ ਜੋ ਮੈਨੂੰ ਆਗਿਆ ਕਰਨਗੇ ਆਪਾਂ ਹੁਕਮ 'ਚ ਜਿਵੇਂ ਹੋਊਗਾ ਉਵੇਂ ਕਰਾਂਗੇ। ਤੇ ਬਾਕੀ ਆਪਾਂ ਚੱਲਦੇ ਹਾਂ ਪੰਜਾਬ ਤੋਂ ਕਲਕੱਤੇ ਨੂੰ, ਤੇ ਉਹ ਹੁਣ ਬਾਬਾ ਜੀ ਦੇ ਆਦੇਸ਼ ਦੇ ਮੁਤਾਬਕ ਚੱਲੂਗਾ ਅੱਗੇ ਕੰਮ। ਤੇ ਕਿੱਦਾਂ ਦਾ ਅੱਗੇ ਸਫ਼ਰ ਰਹਿਣ ਵਾਲਾ ਤਾਂ ਮੈਨੂੰ ਲੱਗਦਾ ਵੀ ਜਿਹੜਾ ਆਪਣਾ ਹੁਣ ਸਫ਼ਰ ਹੈ ਥੋੜ੍ਹਾ ਸ਼ਾਰਟਕੱਟ ਕਰਨਾ ਪੈਣਾ, ਕਿਉਂਕਿ ਮੈਂ ਉਰੇ ਲੇਟ ਹੋ ਗਿਆ, ਦੋ ਦਿਨ ਹੋ ਗਏ ਮੈਨੂੰ ਇੱਥੇ, ਕੱਲ੍ਹ ਦਾ ਆਇਆ ਹੋਇਆ ਮੈਂ। ਅਤੇ ਬਾਬਾ ਜੀ ਹੁਣ ਅੱਜ ਵੀ ਸ਼ਾਇਦ ਮੈਨੂੰ ਨਾ ਜਾਣ ਦੇਣ ਜੇ ਮੈਨੂੰ ਕਹਿ ਦਿੱਤਾ ਉਹਨੇ, ਪਰ ਮੈਂ ਚਾਹੁੰਦਾ ਵੀ ਮੈਂ ਅੱਜ ਨਿਕਲਾਂ ਇੱਥੋਂ ਚਲੇ ਜਾਵਾਂ ਅਤੇ ਅੱਗੇ ਦਾ ਸਫ਼ਰ ਤੈਅ ਕਰ ਦਈਏ। ਕਾਫ਼ੀ ਲੰਬਾ ਹਾਲੇ ਸਫ਼ਰ ਹੈ, ਹਲੇ ਵੀ ਇੱਥੋਂ 1600 ਕਿਲੋਮੀਟਰ ਹੈ। ਤੋ ਅੱਗੇ ਹਮ ਜਾਏਂਗੇ ਅਲਵਰ, ਅਲਵਰ ਸੇ ਉੱਤੇ ਹੋਏ ਲਖਨਊ, ਲਖਨਊ ਸੇ ਉੱਤੇ ਹੋਏ ਪਟਨਾ, ਪਟਨਾ ਸੇ ਉੱਤੇ ਹੋਏ ਪਤਾ ਨਹੀਂ ਅੱਗੇ ਕਹਾਂ ਕਹਾਂ ਹੈ। ਮਾਈ ਕੀ ਗੁਫਾ ਨਹੀਂ ਮੈਂ ਆਪਣੇ ਨੀਚੇ ਯਹੀਂ ਪੇ। ਅੱਛਾ ਵੋ ਵੀ ਦਿਖਾਏਗਾ ਅਭੀ ਇੱਕ ਵਾਰ ਹੈ ਲੇ ਚਲਤੇ ਹੈਂ। ਓਕੇ ਠੀਕ ਹੈ। ਤੋ ਬਾਕੀ ਅਭੀ ਇਨਕੋ ਪਤਾ ਹੈ, ਜ਼ਿਆਦਾ ਨੌਲੇਜ ਹੈ ਯਹਾਂ ਕੇ ਬਾਰੇ ਮੈਂ, ਮੈਨੂੰ ਤਾਂ ਹਲੇ ਹੁਣ ਘੱਟ ਪਤਾ ਹੈ। ਤੋ ਹੁਣ ਦੱਸਣਗੇ ਵੀਰੇ ਆਪਾਂ ਨੂੰ, ਆਪਾਂ ਤਾਂ ਟਰੈਕਟਰ 'ਤੇ ਬੈਠੇ ਹਾਂ ਅਤੇ ਵਿਚਾਰੇ ਲੱਗੇ ਹੋਏ ਹਾਂ ਸੇਵਾ ਕਰਨ, ਆਪਾਂ ਤਾਂ ਵੀਡੀਓ ਦੀ ਸੇਵਾ ਕਰਤੀ। ਅਤੇ ਹੁਣ ਤੁਸੀਂ ਇਹ ਦੱਸਦਾ ਵੀ ਜੇ ਤੁਸੀਂ ਕਿਸੇ ਨੇ ਆਉਣਾ ਹੋਵੇ ਤਾਂ ਇਹਦੀ ਥੋੜ੍ਹਾ ਜਿਹਾ ਡਿਫੀਕਲਟ ਹੈ, ਬਣੀ ਹੈ ਪੂਰਾ ਆਲੇ ਦੁਆਲੇ ਜੰਗਲੀ ਆ, ਜੰਗਲ 'ਚੋਂ ਆ ਹੁੰਦਾ ਰਸਤਾ। ਤੇ ਉਹ ਹੁਣ 24 ਕਿਲੋਮੀਟਰ ਦਾ ਕਮੈਂਟ ਕਰ ਦਿਓ ਜਿਹਨੇ ਆਉਣਾ ਹੋਇਆ। ਹਾਂਜੀ 24 ਕਿਲੋਮੀਟਰ ਦਾ ਜੰਗਲ ਹੈ ਇਹ, ਬਾਵਨ ਕੋਸ 24 ਕਿਲੋਮੀਟਰ ਦਾ ਜੰਗਲ ਹੈ ਇਹ। ਅੱਛਾ ਤੋ ਹੁਣ ਕੋਈ ਗੱਲ ਨਹੀਂ, ਬਲੌਗ ਤਾਂ ਵੱਡਾ ਹੋ ਜਾਣ ਤੋਂ ਤੇ ਆਪਾਂ ਪੂਰੀ ਇਹਦੇ ਬਣੀ ਦੀ ਜਿੰਨੀ ਵੀ ਵੀਡੀਓ ਬਣਾਈ ਹੈ ਇਕੱਠੀ ਕਰਕੇ ਪਾ ਦਾਂਗੇ। ਤੇ ਆਪਾਂ ਹੁਣ ਸਫ਼ਰ ਬਾਰੇ ਕਰਦੇ ਸੀ ਗੱਲ, ਸਫ਼ਰ ਹੁਣ ਕਲਕੱਤੇ ਦਾ, ਕਲਕੱਤੇ ਜਾ ਕੇ ਮਿਲਦੇ ਹਾਂ ਛੇਤੀ। ਆਪਣੀ ਅੱਗੇ ਫਲੈਟ ਹੈ, ਫਿਰ ਉਹ ਫਲੈਟ ਤੋਂ ਪਹਿਲਾਂ ਆਪਾਂ ਕਲਕੱਤੇ ਪਹੁੰਚ ਜਾਈਏ। ਹਲੇ ਫਿਰ ਆਪਾਂ ਕਲਕੱਤਾ ਵੀ ਘੁੰਮਣਾ, ਵਿੱਚ ਹੀ ਨਾ ਰਹਿ ਜਾਵੇ ਕਿਤੇ, ਮੁੜ ਕੇ ਫਿਰ ਨਹੀਂ ਆ ਹੁੰਦਾ, ਪਰ ਫਿਰ ਵੀ ਆਵਾਂਗੇ ਆਪਾਂ, ਫਿਰ ਜਾਣੀ ਪਲੇਨ 'ਚ ਆ ਜਾਵਾਂਗੇ। ਭਾਈ ਸਾਹਿਬ ਪਾਂਚ ਦਰਗਾਹ ਆਏ ਆ ਬਣੀ ਮੈਂ, ਪਾਂਚ ਦਰਗਾਹ ਜੋ ਗੇਟ ਕਾ ਕੇ ਤੁਹਾਡਾ ਡਲਤਾ ਹੈ, ਸ਼ਾਮ ਕੋ ਬਾਬਾ ਜੀ ਡਲਤੇ ਹੈ। ਹਾਂ ਉਹ ਮੈਨੇ ਦੇਖਿਆ ਕੱਲ ਖੜੀ ਦੀ ਨਾ। ਹਾਂ ਬਣੀ ਮੈਂ ਪਾਂਚ ਦਰਗਾਹ ਆਏ, ਉਹ ਬਾਬਾ ਜੀ ਡਲਤੇ ਹੁਣ 5000 ਗਏ ਆ ਅੰਦਰ, ਜਦ ਸਾਹਮਣੇ ਕੱਲ ਮੈਂ ਅੰਦਰ ਵੜਿਆ ਉਹ ਗੇਟ ਦੇ ਅੱਗੇ ਖੜੀ ਸੀਗੀ। ਤੇ ਜੇ ਕਿਸੇ ਨੇ ਕੋਈ ਵੀ ਆਪਣੀ ਸੇਵਾ ਭਾਵਨਾ ਨਾਲ ਆਉਣਾ ਚਾਹੁੰਦਾ ਤਾਂ ਕਮੈਂਟ ਕਰ ਦਿਓ ਥੱਲੇ, ਤਾਂ ਮੈਂ ਉਹਨੂੰ ਐਡਰੈਸ ਜਾਂ ਬਾਬਾ ਜੀ ਦਾ ਨੰਬਰ ਪ੍ਰੋਵਾਈਡ ਕਰ ਦੂੰਗਾ, ਤਾਂ ਪੁੱਛ ਕੇ ਤੁਸੀਂ ਆ ਸਕਦੇ ਹੋ, ਕਿਉਂਕਿ ਇੱਥੇ ਥੋੜ੍ਹਾ ਆਉਣਾ ਡਿਫੀਕਲਟ। ਆ ਜਿਹੜਾ ਸ਼ਹਿਰ ਸੀ ਲਾਗ ਕਿਹੜਾ ਸੀ ਨਾ, ਮੈਂ ਭੁੱਲ ਗਿਆ, ਬੁਹਾਣਾ ਜ਼ਿਲ੍ਹਾ ਝੁੰਝੁਣੂ, ਜ਼ਿਲ੍ਹਾ ਤਾਂ ਝੁੰਝੁਣ ਆਈ ਹੈ, ਬੁਹਾਣਾ ਹੈ। ਕੱਲ੍ਹ ਪਰਸੋਂ ਦੇ ਆਪਾਂ ਜ਼ਿਲ੍ਹਾ ਝੁੰਝੁਣ 'ਚ ਨਾ, ਬਹੁਤ ਕੇ ਪਾਸ ਪੜਦਾ ਭਾਈ ਸਤਨਾਲੀ ਕੇ ਪਾਸ, ਹਰਿਆਣਾ ਸਤਨਾਲੀ। ਤੋ ਇੱਕ ਚੀਜ਼ ਮੈਂ ਔਰ ਦੇਖੀ ਹੈ, ਯਹਾਂ ਕੋਈ ਵੀ ਨਸ਼ਾ ਪੱਤਾ ਨਹੀਂ ਕਰਤਾ, ਬਸ ਖਾਲੀ ਹੁੱਕਾ ਪੀਤੇ ਆ ਬੰਦੇ, ਕੋਈ ਵੀ ਵੈਸੇ ਸਾਧੂ ਸੰਤ ਤੋਂ ਚਲੋ ਪੀਤੇ ਹੀ ਆ, ਬਾਕੀ ਬੰਦਾ ਸੇਵਕ ਸਾਰੇ ਹਰਿਆਣਾ ਵਾਲੇ
ਸੇਵਕ ਸਾਰੇ ਹਰਿਆਣੇ, ਸੇਵਕ ਸਾਰੇ ਹੀ ਹਰਿਆਣੇ ਵਾਲੇ ਆ। ਤੇ ਅੱਜ ਆਪਾਂ ਚਲਾਵਾਂਗੇ 855 ਐਫ ਈ, ਇਹ ਲਿਜਾਂਦੇ ਆ ਹੁਣ ਆਪਾਂ ਉਧਰ ਨੂੰ। ਸੰਤਾਂ ਦੀ ਦੇਖੋ ਕਿਰਪਾ, ਬਾਈ ਦੱਸਦਾ ਵੀ ਇਹ ਡੇਰੇ ਚ ਪਾਣੀ ਪਾਣੀ ਹੈ, ਬਾਕੀ ਆਲੇ ਦੁਆਲੇ ਕਿਤੇ ਨੀ ਹੈ। ਵੀ ਜਿਹੜਾ ਪਾਣੀ ਹੈ ਵੀ 1000 ਫੁੱਟ ਤੇ ਨਿਕਲਿਆ। ਉਹ ਦੇਖੋ ਦੋ ਹੀ ਬੋਰ ਚਲਤੇ ਡੇਰੇ ਮੇਂ, ਕਈ ਬੋਰ ਨਹੀਂ ਚਲਤੀ ਇਧਰ। ਅੱਛਾ, ਸਭ ਟੈਂਕਰੋਂ ਸੇ ਗਿਰਵਾਤੇ ਹੈ ਬਾਈ। ਦੇਖੋ ਬਾਈ ਬਤਾ ਰਹੇ ਕਿ ਯਹਾਂ ਆਸ ਪਾਸ ਦੂਰ ਦੂਰ ਤੱਕ ਪਾਣੀ ਨਹੀਂ ਹੈ। ਇਧਰ ਹੀ ਜੋ ਡੇਰੇ ਮੇਂ ਅੰਦਰ ਦੋ ਬੋਰ ਹੀ ਚਲਤੇ ਹੈ, ਉਸਸੇ ਪਾਣੀ ਕੀ ਵਿਵਸਥਾ ਹੋਤੀ ਹੈ ਯਹਾਂ ਪੇ। ਗੁਰੂ ਕੀ ਕਿਰਪਾ, ਮਹਾਰਾਜ ਜੀ ਜੋ ਯਹਾਂ ਤਪੱਸਿਆ ਕੀ ਉਨਕੀ ਕਿਰਪਾ ਸੇ ਚੱਲ ਰਿਹਾ ਹੈ ਬਾਈ ਕਾਮ। ਤੋ ਦੇਖੋ ਕਿਰਤਨ ਕੈਸੀ ਕੈਸੀ ਦੁਨੀਆ ਬਾਈ, ਸੇਵਾ ਭਾਵਨਾ ਨਾਲ ਕੰਮ ਕਰਦੇ ਨੇ। ਤੇ ਆਪਾਂ ਆਪਣੀ ਤਾਂ ਸੇਵਾ ਹੈ ਹੀ ਨਹੀਂ ਕੋਈ, ਜਿਹੜੀ ਆਪਣੇ ਕੋਲ ਤਾਂ ਇੱਕ ਗੈਂਦੀ ਉਹ ਵੀ ਛੁੱਟ ਗਈ। ਮੈਂ ਚਲਾਊਂਗਾ ਟਰੈਕਟਰ, ਚਲਾ ਲਿਓ ਬਾਈ। ਚਲੋ ਚਲੋ, ਆਪ ਕੈਮਰਾ ਪਕੜਨਾ ਇੱਥੇ, ਆਪਕੀ ਬਣ ਜਾਏਗੀ ਫਿਰ ਇੱਥੇ। ਆ ਜਾਓ ਬਾਈ, ਬੈਠੋ ਉੱਲੂ ਨੂੰ। ਚਲੋ ਜੀ, ਆਪਣੇ ਭਾਈ ਸਾਹਿਬ ਆਏ ਸੀ ਵੀਡੀਓ ਬਣਾਉਣੇ, ਅਭੀ ਇੱਥੇ ਗਊ ਸੇਵਾ ਮੇਂ ਲੱਗੇ ਹੋਏ ਹੈ ਭਾਈ ਸਾਹਿਬ। ਦੇਖੋ ਇੱਧਰ, ਹਾਂ ਜੀ। ਆਪਣੇ ਭਾਈ ਸਾਹਿਬ ਟਰੈਕਟਰ ਚਲਾ ਰਹੇ ਹਾਂ ਅਸੀਂ ਗਊ ਸੇਵਾ। ਇੱਕ ਬਾਤ ਹੋਰ ਤੁਹਾਨੂੰ ਦੱਸਣੀ ਸੀ, ਜੋਬ ਚੋਂ ਵੀ ਟਾਈਮ ਕੱਢ ਕੇ ਬੰਦੇ ਇੱਥੇ ਸੇਵਾ ਕਰਨ ਲਈ ਆਉਂਦੇ ਨੇ। ਬਾਬਾ ਜੀ ਦੱਸੋ, ਬੈਂਗਲੋਰ ਰਹਿਤਾ ਹੈ, ਏਅਰਪੋਰਟ ਕੇ ਉੱਪਰ ਡਿਊਟੀ ਕਰਤਾ ਹੈ। ਅੱਛਾ ਜੀ, ਔਰ ਛੁੱਟੀ ਮਿਲਤੀ ਹੈ, ਆਤਾ ਘਰ ਨਹੀਂ ਜਾਤਾ, ਯਹੀ ਸੇਵਾ ਕਰਤਾ ਗਊਆਂ ਕੀ। ਅੱਛਾ,
यहाँ से होके फिर आप जाते हुए ड्यूटी पे है ना, क्या बात है। देखो सेवा भाव ना, एक दिन के लिए कर सकता हूँ, बाकी छुट्टी यहीं रहते हैं। ये बाबा जी के बहुत पुराने सेवक हैं, बुआ फूफा मेरे सब यहीं पे तो शुरू से पूरा खानदान इनका यहीं पे सेवा करता है, गांव की पूरा जनी माहौल ऐदां दा सेवा भावना नाल लगे हुए सारे बंदे। ਮੈਨੂੰ ਬੜਾ ਚੰਗਾ ਲੱਗਿਆ ਇੱਥੇ ਆ ਕੇ। ਬਾਕੀ ਫੇਰ ਆਪਾਂ ਅਗਲੇ ਬਲੌਗ ਚ ਕਿਤੇ ਆਵਾਂਗੇ ਸਪੈਸ਼ਲ, ਪੂਰੀ ਬਣੀ ਦੀ ਵੀਡੀਓ। ਇੱਕ ਬੜਾ ਤਲਾਬ ਵੀ ਆ ਬਾਬਾ ਜੀ ਦੱਸਦੇ ਆ ਉੱਧਰ, ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਕਿੱਦਾਂ ਦਾ। ਭੰਡਾਰਾ ਕਬ ਹੈ? ਮੈਸੇਜ ਆਏਗਾ ਨਾ ਮੇਰੇ ਕੋਲ? ਬਸ ਠੀਕ ਹੈ, ਚਲੋ ਆਪਕੋ ਅਪਡੇਟ ਦੇ ਦੇਂਗੇ ਜਬ ਭੰਡਾਰਾ ਹੋਗਾ ਤੋ ਫਿਰ ਯਹਾਂ ਆਪ ਕਭੀ ਵੀ ਆ ਸਕਤੇ ਹੋ। ਜੇ ਤੁਸੀਂ ਇਹ ਆਸ਼ਰਮ ਦੀਆਂ ਹੋਰ ਵੀਡੀਓ ਦੇਖਣੀ ਹੈ ਤਾਂ ਬਾਈ ਦੀ ਚੈਨਲ ਹੈ ਅਤੇ ਇੰਸਟਾ ਆਈ ਡੀ ਦੀ ਵੀ ਆ, ਉਹ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਬਾਈ ਬੋਲ ਵੀ ਰਾਇਆ ਚੋਰਾਨ 108 ਯੂਟਿਊਬ ਪੇ ਵੀ ਹੋ ਆਪ? ਯੂਟਿਊਬ ਪੇ ਨਹੀਂ ਹੈ, ਇੰਸਟਾਗ੍ਰਾਮ ਪੇ ਆਪ ਇਨਕੋ ਫੋਲੋ ਕਰ ਸਕਤੇ ਹੋ। ਯਹਾਂ ਬੜੀਆ ਬਹੁਤ ਵੀਡੀਓ ਬਣਾ ਕੇ ਡਾਲ ਰਹੇ ਹੈ, ਯਹਾਂ ਬਾਬਾ ਜੀ ਕੀ ਸਾਰੀ ਵੀਡੀਓ ਯਹਾਂ ਆਸ਼ਰਮ ਕੇ ਆਤੀ ਹੈ ਅਸੀਂ ਇੰਸਟਾ ਪੇ, ਆਪ ਦੇਖ ਲੈਣਾ। ਬਾਬਾ ਜੀ ਨੇ ਬੋਲ ਦਿਆ ਬਈ ਲੰਗਰ ਛਕੋ ਆਪ, ਮੈਂ ਵੀ ਖਾਊਂਗਾ ਲੰਗਰ ਸੇਵਾ। ਹੁਣ ਆਪਾਂ ਕਰਦੇ ਹਾਂ ਲੰਗਰ, ਬਾਬਾ ਜੀ ਸੇਵਾ ਕਰਦੇ ਹਾਂ ਲੰਗਰ 'ਚ ਵਾਲੇ ਬਾਬਾ ਜੀ ਲਾਂਗਰੀ 'ਤੇ ਵੀ ਪੂਰਾ ਸਿਸਟਮ ਇਹਨਾਂ ਨੇ ਤਿਆਰ ਕੀਤਾ ਖਾਣਾ। ਬਾਬਾ ਜੀ ਨੇ ਬਹੁਤ ਸੇਵਾ ਕੀ, ਸੁਬਹਾ ਸੇ ਲਗੇ ਹੋਏ ਰੋਟੀ ਨੂੰ ਰੋਟੀ ਰਾਮ ਬੋਲਦਾ, ਸਬਜ਼ੀ ਨੂੰ ਸਬਜ਼ੀ ਰਾਮ, ਲੱਸੀ ਨੂੰ ਲੱਸੀ ਰਾਮ, ਬੂੰਦੀ ਰਾਮ, ਹੈ ਨਾ? ਮਤਲਬ ਭਗਵਾਨ ਕਾ ਸਾਥ ਮੇਂ ਨਾਮ ਜ਼ਰੂਰ ਆਤਾ ਹੈ ਨਾ, ਸਾਰੀ ਚੀਜ਼ ਮੇਂ ਜਬ ਰਾਮ ਲਗਤਾ ਹੈ। ਹਾਂ ਲੱਸੀ ਰਾਮ, ਲੱਸੀ ਰਾਮ, ਲੱਸੀ ਰਾਮ ਲਿਆਓ ਜੀ, ਲੱਸੀ ਰਾਮ ਪਿਲਾ ਦਿਓ। ਸਕੂਲ ਮੇਂ ਜਾਤਾ ਹੈ ਯਹਾਂ ਸੇ, ਛੁੱਟੀ ਹੈ ਉਸਕੀ। ਅੱਛਾ, ਯੇ ਸੇਵਾ ਕਰ ਰਹੇ ਹਨ ਲੰਗਰ ਜੀ, ਲੱਸੀ ਰਾਮ। ਸੋ ਦੋਸਤੋ, ਜੈ ਬਾਬਿਆਂ ਦੀ, ਜੈ ਬਾਬਿਆਂ ਦੀ। ਆਪਾਂ ਚਰਨਾਂ 'ਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿੱਤਾ ਅਤੇ ਹੁਣ ਆਪਾਂ ਚੱਲ ਰਹੇ ਹਾਂ ਅਲਵਰ ਨੂੰ। ਅਤੇ ਆਹ ਬੋਤਾ ਖੜਾ ਸੀਗਾ, ਮੈਂ ਚੱਲ ਇਹ ਵੀ ਤੁਹਾਨੂੰ ਦਿਖਾ ਦਾਂ। ਕਾਫੀ ਟਾਈਮ ਪਿੱਛੇ ਵੀ ਦੇਖਦਾ ਹੀ ਆਇਆ, ਪਰ ਉੱਥੇ ਸੁਭਾਅ ਨਹੀਂ ਬਣਿਆ ਵੀਡੀਓ ਬਣਾਉਣ ਦਾ। ਅਤੇ ਹੁਣ ਆਪਾਂ ਚੱਲਦੇ ਹਾਂ ਅਲਵਰ ਵੱਲ ਨੂੰ, ਅਲਵਰ ਜਾ ਕੇ ਮਿਲਾਂਗੇ ਜਾਂ ਫਿਰ ਰਾਹ 'ਚ ਕਿੱਥੇ ਵੀ ਸਟੇਅ ਹੁੰਦੀ ਆ ਉੱਥੇ ਜਾ ਕੇ ਮਿਲਾਂਗੇ। ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਉੱਧਰ ਆ, ਇੱਧਰ ਆ ਜਾਓ, ਇੱਧਰ ਨੂੰ ਅੱਗੇ ਨੂੰ, ਹੋਰ ਮੈਨੂੰ ਛੱਡਿਆ ਉੱਥੇ ਤੱਕ, ਆ ਜਾਓ ਆ ਜਾਓ ਇੱਧਰ, ਮੇਰੇ ਕੋਲ ਰਾਸਤਾ ਨਹੀਂ ਮਾਲੂਮ ਯਾਰ, ਇੱਧਰ ਆ, ਤੇਰੀ ਵੀਡੀਓ ਬਣਾਊ। ਬਾਈ ਮਿਲ ਗਿਆ ਮੇਰੇ ਕੋਲ, ਇਸ਼ਵਜੀਤ। ਇਸ਼ਵਜੀਤ, ਤੋ ਆਪ ਕਿਆ ਕਰ ਰਹੇ ਹੋ ਯਹਾਂ ਬਣ ਮੇਂ, ਇਤਨੇ ਜੰਗਲ ਮੇਂ? ਲੱਕੜੀ ਪਾੜ ਰਹੇ ਹੋ? ਲੱਕੜੀ ਪਾੜ ਰਹੇ ਹੋ, ਤੋ ਲੱਕੜੀ ਕਿਆ ਬਾਲਣ ਕੇ ਲੀਏ? ਹਾਂ। ਯੇ ਕਿਆ ਹਾਰਨ ਲਗਾ ਰੱਖਾ ਹੈ? ਹਾਂ। ਯੇ ਕਹਾਂ ਸੇ ਮਿਲੇਗਾ? ਮੈਂ ਵੀ ਲਗਾਣਾ ਯਾਰ ਸਾਈਕਲ ਬਾਜ਼ਾਰ ਮੇਂ। ਹੈਂ? ਬਾਜ਼ਾਰ ਸੇ। ਤੋ ਯੇ ਦੇਖੋ ਕਿਤਨੇ ਜੰਗਲ ਮੇਂ ਅਕੇਲਾ ਹੀ ਘੂਮ ਰਹਾ ਹੈ। ਔਰ ਵੀ ਹੈ ਤੇਰੇ ਸਾਥ ਕੋਈ? ਹਾਂ। ਅੱਛਾ, ਕੋਈ ਦਿਖਾਈ ਤੋ ਨਹੀਂ ਦੇ ਰਹਾ ਕੋਈ? ਉਹ ਪੂਰਾ ਜੰਗਲ ਹੈ, ਜੰਗਲ ਕੋਈ ਨਹੀਂ ਆਲੇ ਦੁਆਲੇ ਦਿਖਦਾ, ਉਹ ਫਿਰਦੇ ਆ ਵੀ ਨਾਲ ਦੇ ਲੱਕੜੀਆਂ ਪਾੜਦੇ। ਅਤੇ ਚਲੋ ਚੱਲਦੇ ਹਾਂ, ਮਿਲਦੇ ਹਾਂ ਫਿਰ ਹੁਣ ਅਲਬਰ ਸਿਟੀ ਪਾਰ ਕਰਕੇ। ਅਤੇ ਬਾਬਾ ਜੀ ਕੋਲ ਜਾ ਕੇ ਵਧੀਆ ਲੱਗਿਆ, ਆਨੰਦ ਮੰਗਲ ਹੋ ਗਿਆ ਕੰਮ। ਅਤੇ ਬਾਈ ਅਬ ਮੇਰੇ ਕੋਲ ਅਲਵਿਦਾ, ਯਹਾਂ ਸੇ ਲੇ ਰਹਾ ਹੂੰ ਬਾਈ ਕੇ ਸਾਥ ਸੇ। ਠੀਕ ਹੈ ਬਾਈ, ਥੈਂਕ ਯੂ।